ਨਜ਼ਮ ਹੈ ਫੁੱਲ ਦੀ ਮਹਿਕ। ਇਹ ਮੇਰੇ ਤਿਆਰੀ ਅਧੀਨ ਕਾਵਿ ਸੰਗ੍ਰਹਿ ਕਵਿਤਾ ਦੀ ਲਾਟ ਦੀ ਆਖਰੀ ਨਜ਼ਮ ਹੈ। ਨਜ਼ਮ ਦਾ ਨਾਮ ਹੈ ਫੁੱਲ ਦੀ ਮਹਿਕ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਮੈਂ ਹਿੰਦੁਸਤਾਨ ਦੇ ਸੁਤੰਤਰਤਾ ਸੰਗਰਾਮ ਦੀ ਇੱਕੋ ਹੀ ਮਾਲਾ ਦੇ ਮਣ ਕੇ ਸਮਝਦਾ। ਇਹ ਕਵਿਤਾ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ 31 ਜੁਲਾਈ 1940 ਨੂੰ ਸਮਰਪਿਤ ਹੈ। ਫੁੱਲ ਦੀ ਮਹਿਕ। ਫੁੱਲ ਬੇਸ਼ੱਕ ਵੱਖ ਹੋ ਜਾਣ ਡਾਲ ਤੋਂ, ਮਹਿਕ ਉਹਨਾਂ ਦੀ ਕਦੇ ਮਰਦੀ ਨਹੀਂ। ਫੁੱਲ ਬੇਸ਼ੱਕ ਵੱਖ ਹੋ ਜਾਣ ਡਾਲ ਤੋਂ, ਮਹਿਕ ਉਹਨਾਂ ਦੀ ਕਦੇ ਮਰਦੀ ਨਹੀਂ। ਕਾਤਲਾਂ ਨੂੰ ਕਤਲ ਕੀਤੇ ਤੋਂ ਬਿਨਾਂ ਕੋਈ ਵੀ ਆਉਂਦੀ ਯੁੱਗ ਕਰਦੀ ਨਹੀਂ। ਮੁਲਕ ਦੇ ਲਈ ਪਰ ਜਵਾਨੀ ਜਿਉਣ ਦਾ, ਮੈਨੂੰ ਭਰਮਾ ਹੈ ਨਜ਼ਾਰਾ ਹੋ ਰਿਹਾ। ਐਪਰ ਕੀ ਹੈ ਫਾਇਦਾ ਐਸੀ ਮੌਤ ਦਾ, ਜਦ ਮੈਂ ਬੁੱਢਾ ਜਦ ਨਕਾਰਾ ਹੋ ਰਿਹਾ। ਸ਼ਹੀਦ ਊਧਮ ਸਿੰਘ ਦਾ ਬਿਆਨ ਸੀ ਕਿ ਮੁਲਕ ਦੇ ਲਈ ਪਰ ਜਵਾਨੀ ਜਿਉਣ ਦਾ, ਮੈਨੂੰ ਭਰਮਾ ਹੈ ਨਜ਼ਾਰਾ ਹੋ ਰਿਹਾ। ਐਪਰ ਕੀ ਹੈ ਫਾਇਦਾ ਐਸੀ ਮੌਤ ਦਾ, ਜਦ ਮੈਂ ਬੁੱਢਾ ਜਦ ਨਕਾਰਾ ਹੋ ਰਿਹਾ। ਨਾ ਮੈਂ ਹਿੰਦੂ ਨਾ ਮੈਂ ਸਿੱਖ, ਨਾ ਹੀ ਹਾਂ ਮੈਂ ਮੁਸਲਮਾਨ। ਉਸ ਤਰ੍ਹਾਂ ਹੀ ਰੂਹ ਮੇਰੀ ਆਜ਼ਾਦ ਹੈ, ਜਿਸ ਤਰ੍ਹਾਂ ਦਾ ਲੋਚਦਾ ਮੈਂ ਹਿੰਦੁਸਤਾਨ। ਸੋਨ ਚਿੜੀ ਦੀਆਂ ਚਿੜੀਆਂ ਇਕੱਠੀਆਂ ਹੋਣ ਜੇ, ਸੋਨ ਚਿੜੀ ਦੀਆਂ ਚਿੜੀਆਂ ਇਕੱਠੀਆਂ ਹੋਣ ਜੇ, ਤੋੜ ਦੇਵਣ ਹਾਕਮਾਂ ਦਾ ਜ਼ੁਲਮੀ ਤਾਜ਼। ਐਸੇ ਏਕੇ ਦੇ ਸੁਨੇਹੇ ਵਾਸਤੇ ਊਧਮ ਸਿੰਘ ਤੋਂ ਬਣ ਗਿਆ ਮੈਂ ਰਾਮ ਮੁਹੰਮਦ ਸਿੰਘ ਆਜ਼ਾਦ। ਐਸੇ ਏਕੇ ਦੇ ਸੁਨੇਹੇ ਵਾਸਤੇ ਊਧਮ ਸਿੰਘ ਤੋਂ ਬਣ ਗਿਆ ਮੈਂ ਰਾਮ ਮੁਹੰਮਦ ਸਿੰਘ ਆਜ਼ਾਦ। ਬੇਧੜਕ ਕੁਰਬਾਨੀਆਂ ਦੇ ਸੇਕ ਵੈਨ, ਬੇਧੜਕ ਕੁਰਬਾਨੀਆਂ ਦੇ ਸੇਕ ਵੈਨ। ਬਰਫ ਜੰਮੀ ਜ਼ਿਹਨ 'ਚੋਂ ਠਰਦੀ ਨਹੀਂ। ਕਾਤਲਾਂ ਨੂੰ ਕਤਲ ਕੀਤੇ ਤੋਂ ਬਿਨਾਂ ਕੋਈ ਵੀ ਆਉਂਦੀ ਯੁੱਗ ਕਰਦੀ ਨਹੀਂ। ਫੁੱਲ ਬੇਸ਼ੱਕ ਵੱਖ ਹੋ ਜਾਣ ਡਾਲ ਤੋਂ, ਮਹਿਕ ਉਹਨਾਂ ਦੀ ਕਦੇ ਮਰਦੀ ਨਹੀਂ। ਮਹਿਕ ਉਹਨਾਂ ਦੀ ਕਦੇ ਮਰਦੀ ਨਹੀਂ।